ਅ ਬਿਲਕੁਲ ਸਰ ਨਾਲ ਕੁਝ ਸਮਰਥਕ ਜਿਹੜੇ ਤੇ ਖੜੇ ਨਹੀਂ ਸੋ ਕਿੰਦਾ ਦੇਖੀਏ 1 ਲੱਖ ਜਿਹੜਾ ਹੈ 96000 ਵੋਟ ਜਿਹੜੀ ਇਸ ਵਕ ਸੁਸ਼ਿੰਦਰ ਕੁਮਾਰ ਰਿੰਕੂ ਨੂੰ ਪੈ ਚੁੱਕੀ ਹੈ ਲਗਭਗ 38000 ਵੋਟ ਦਾ ਜਿਹੜਾ ਹੈ ਫਾਸਲਾ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਚ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਕਾਂਗਰਸ ਕਹਿੰਦੀ ਸੀ ਗੜ ਸਾਡਾ ਹੈ ਭਾਜੀ ਕਾਂਗਰਸ ਪਾਰਟੀ ਨੇ ਸ਼ੁਰਤੋ ਹੀ ਗਲਤ ਡਿਸੀਜਨ ਲਿਆ ਸੀ ਜਿਹੜਾ ਕਿ ਰਿੰਕੂ ਭਾਈ ਨੂੰ ਸੀਟ ਨਾ ਦੇ ਕੇ ਕਰਮਜੀਤ ਚੋਹਦਰੀ ਨੂੰ ਦਿੱਤੀ ਸੀ ਸੀਟ ਇਹ ਕਾਂਗਰਸ ਦਾ ਸਭ ਨਾਲ ਵੱਡਾ ਗਲਤਫਹਿਮੀ ਸੀ ਤੇ ਆਮ ਆਦਮੀ ਪਾਰਟੀ ਨੇ ਇੱਕ ਬਹੁਤ ਹੀ ਅਮੁੱਲਾ ਹੀਰਾ ਜਿਹੜੀ ਕਿ ਕਾਂਗਰਸ ਨੇ ਗਲਤੀ ਕੀਤੀ ਉਹ ਆਮ ਆਦਮੀ ਪਾਰਟੀ ਨੇ ਆਪਣੀ ਝੋਲੀ ਚ ਪਾ ਲਿਆ ਤੇ ਅੱਜ ਉਹਦਾ ਨਤੀਜਾ ਤੁਹਾਡੇ ਸਾਹਮਣੇ ਆ ਉਹ ਪੂਰੇ ਹੀ ਮੁਹੱਬਤ ਤੇ ਮਹਿਬੂਬ ਨੇਤਾ ਨੇ ਹਰ ਬੰਦਾ ਉਹਨਾਂ ਨੂੰ ਚਾਹਦਾ ਅੱਜ ਉਹਦਾ ਫਲ ਤੁਹਾਡੇ ਸਾਹਮਣੇ ਆ ਕਿੱਦਾਂ ਦੇਖੀਏ ਕਿਉਂਕਿ ਲਗਾਤਾਰ ਕਾਂਗਰਸ ਇਹ ਕਹਿੰਦੀ ਨਜ਼ਰ ਆ ਰਹੀ ਸੀ ਕਹਿੰਦੀ ਕਿ ਜਿਹੜੇ ਵਾਅਦੇ ਕੀਤੇ ਗਏ ਸਨ ਉਹ ਭਰਾਮ ਸਨ ਸਰਕਾਰ ਦੇ ਉੱਤੇ ਸਵਾਲ ਚੱਕਦੀ ਨਜ਼ਰ ਆ ਰਹੀ ਸੀ ਜਦੋਂ ਚੋਣਾਂ ਵਾਲਾ ਦਿਨ ਸੀਗਾ ਉਸ ਦਿਨ ਵੀ ਕਿਤੇ ਨਾ ਕਿਤੇ ਸਵਾਲ ਚੱਕਦੇ ਨਜ਼ਰ ਆਈਏ ਕਾਂਗਰਸ ਫਿਰ ਫਿਰ ਉਹਨੂੰ ਕਿੱਦਾਂ ਦੇਖਿਆ ਜਾਵੇ ਪਾਜੀ ਇਹ ਕਾਂਗਰਸ ਦਾ ਆਪਣਾ ਭ੍ਰਮ ਸੀਗਾ ਸਰਕਾਰ ਦਾ ਭ੍ਰਮ ਨਹੀਂ ਸੀਗਾ ਕਾਂਗਰਸ ਦਾ ਆਪਣਾ ਭ੍ਰਮ ਸੀਗਾ ਸਰਕਾਰ ਨੇ ਬਹੁਤ ਬੈਨੀਫਿਟ ਦਿੱਤੇ ਆ ਮੁਹੱਲਾ ਕਨੀ ਨਹੀਂ ਗਏ ਨੇ ਖੋਲੇ ਆ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਲੋਕੀ ਆ ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਬੈਨੀਫਿਟ ਹੋਇਆ ਜਿਹੜੀ ਬਿਜਲੀ ਫ੍ਰੀ ਕੀਤੀ ਆ ਹਰ ਘਰ ਦਾ ਤਕਰੀਬਨ 21500 ਰੁਪਇਆ ਪਰ ਮਹੀਨਾ ਬਚਿਆ 1 2000 ਰੁਪਇਆ ਕਿ ਗਰੀਬ ਬੰਦੇ ਦਾ ਬਚਣਾ ਉਹਦੇ ਲਈ ਬਹੁਤ ਵੱਡੀ ਗੱਲ ਆ ਪਾਜੀ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਤੇ ਸੁਸ਼ੀਲ ਕੁਮਾਰ ਰਿੰਕੂ ਨੇ ਜਦੋਂ ਐਮ ਐਲ ਏ ਸੀਗੇ ਹਲਕਾ ਵੈਸਟ ਵਿੱਚ ਵੀ ਬਹੁਤ ਹੀ ਜ਼ਿਆਦਾ ਵਿਕਾਸ ਕੀਤੇ ਸੀ ਇਹ ਉਸ ਵਿਕਾਸ ਦੇ ਕੀਤੇ ਹੋਏ ਨਤੀਜਿਆਂ ਦਾ ਹੀ ਜਿਹੜੇ ਕੁਝ ਲੋਕੀ ਉਦੋਂ ਗਰਦਾਰੀ ਕਰ ਗਏ ਸੀ ਤੇ ਅਸੀਂ ਤੇ ਵਾਇਰ ਗੁਰੂ ਅੱਗੇ ਅਰਦਾਸ ਕਰਨੇ ਆ ਕਿ ਚੰਗਾ ਕੀਤਾ ਉਦੋਂ ਲੋਕੀ ਗਰਦਾਰੀ ਕਰ ਗਏ ਸੀ ਉਹਨੂੰ ਯਾਰਾਂ ਦਾ ਤੇ ਗਰਦਾਰਾਂ ਦਾ ਪਤਾ ਲੱਗ ਗਿਆ ਅੱਜ ਪ੍ਰਮਾਤਮਾ ਨੇ ਉਹਨੂੰ ਵੱਡੀ ਸੀਟ ਦੇਣੀ ਸੀ ਐਮਐਲਏ ਬਜਾਏ ਐਮਪੀ ਬਣਾ ਕੇ ਉਹਨੂੰ ਵਾਪਸ ਫਲ ਦਿੱਤਾ ਇਸ ਕਰਕੇ ਬਾਈ ਗੁਰਦਾਬੂ ਬਹੁਤ ਬਹੁਤ ਧੰਨਵਾਦ ਜੀ ਇਸ ਕਰਕੇ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਸਮਰਥਕ ਜਿਹੜੇ ਨੇ ਉਹ ਕਿਸੇ ਸਿੱਧੇ ਤੌਰ ਦੇ ਤੇ ਜਿਹੜਾ ਧੰਨਵਾਦ ਕਰਦੇ ਨਜ਼ਰ ਆ ਰਹੇ ਨੇ ਰੱਬ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਨੇ ਤੇ ਇੱਕ ਨਵਾਂ ਅਪਡੇਟ ਜਿਹੜਾ ਅਸੀਂ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹਵਾਂਗੇ ਅਮਨ ਕਿ 196670 ਵੋਟਾਂ ਜਿਹੜੀਆਂ ਨੇ ਉਹ ਇਸ ਵਕਤ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਨੇ ਉਹ ਆਪਣੇ ਪਾਲਿਚ ਜਿਹੜਾ ਪਾ ਚੁੱਕੇ ਹੋਏ ਨੇ ਤੇ ਜਲੰਧਰ ਦੀ ਜਨਤਾ ਜਿਹੜਾ 196000 ਜਿਹੜਾ ਵੋਟਾਂ ਦਾ ਆંકੜਾ ਜਿਹੜਾ ਉਹ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਪਾ ਦਿੱਤਾ ਸਾਨ ਸਾਹਮਣੇ ਆ ਰਹੇ ਉਸਦੇ ਮਨੀਤ ਲਗਭਗ 2 ਲੱਖ ਦਾ ਅੰਕੜਾ ਜਿਹੜਾ ਹੈ ਉਹ ਸੁਸ਼ਿੰਕ ਕੁਮਾਰ ਨੂੰ ਜਲਦੀ ਪਾਰ ਕਰ ਜਾਣਗੇ ਉੱਥੇ ਦੂਜੇ ਪਾਸੇ ਜੇਕਰ ਕਰਮਜੀਤ ਕੌਰ ਹਣ ਦੀ ਗੱਲ ਕਰੀ ਤਾਂ 152524 ਵੋਟਾਂ ਜਿਹੜੀਆਂ ਨੇ ਉਹ ਕਰਮਜੀਤ ਕੌਰ ਦੇ ਪਾਣੇ ਚ ਆਈਆਂ ਨੇ ਗੱਲ ਕਰੀਏ ਇੰਦਰ ਇਕਵਾਲ ਸਿੰਘ ạtਵਾਲ ਦਿੱਤਾ ਇਸ ਵਕਤੇ 133100 45 ਵੋਟਰ ਜਿਹੜੀਆਂ ਨੇ ਭਾਜਪਾ ਦੇ ਹੱਕ ਦੇ ਵਿੱਚ ਨੇ ਤੇ ਡਾਕਟਰ ਸੁਖਿੰਦਰ ਸੁਖੀ ਜੋ ਕਿ ਸ਼੍ਰੋਮਣੀ ਇਕਾਈ ਤਲ ਦੇ ਨੇ ਤੇ 90163 ਵੋਟਰ ਜਿਹੜੀਆਂ ਨੇ ਉਹ ਇਸ ਵਕਤ ਡਾਕਟਰ ਸੁਖਿੰਦਰ ਸੁਖੀ ਦੇ ਪਾਲੇ ਚ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਇਸ ਵਕਤ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਕਿ ਵੱਡਾ ਉਤਸ਼ਾਹ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਨੇ ਉਹ ਲਗਾਤਾਰ ਇੱਥੇ ਪਹੁੰਚੇ ਹੋਏ ਨੇ ਜਾਂ ਪਹੁੰਚ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਗੱਲ ਕਰੀਏ ਤਾਂ ਜਿਸ ਹਿਸਾਬ ਨਾਲ ਜੋ ਰਿਜ਼ਲਟ ਸਾਹਮਣੇ ਆ ਰਹੇ ਨੇ ਜੋ ਨਤੀਜੇ ਸਾਹਮਣੇ ਆ ਰਹੇ ਨੇ ਜੋ ਰੁਝਾਨ ਸਾਹਮਣੇ ਆ ਰਹੇ ਨੇ ਉਹਨਾਂ ਦੀ ਮੰਨੀਏ ਤਾਂ ਲੋਕਾਂ ਦੇ ਸਾਡੇ ਸਮਰਥਕ ਨੇ ਉਹਨਾਂ ਦੇ ਵਿੱਚ ਵੱਡਾ ਉਤਸ਼ਾਹ ਜਿਹੜਾ ਹੈ ਉਹ ਇਸ ਵਕਤ ਦੇਖਣ ਨੂੰ ਜਿਹੜਾ ਹੈ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੀਡਰ ਨੇ ਜਾਂ ਫਿਰ ਵਰਕਰ ਨੇ ਆਮ ਆਦਮੀ ਪਾਰਟੀ ਦੇ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਤੇ ਇਸ ਵਕਤ ਜਿਹੜਾ ਹੈ ਜਸ਼ਨ ਦੀ ਤਿਆਰੀ ਇੱਥੇ ਜਿਹੜਾ ਹੈ ਉਹ ਕੀਤੀ ਜਾ ਰਹੀ ਹੈ ਜਸ਼ਨ ਦੀ ਤਿਆਰੀ ਜਿਹੜੇ ਲਗਾਤਾਰ ਕੀਤੀ ਜਾ ਰਹੀ ਹੈ